ਪਿਤਾ ਜੀ ਨੂੰ ਦੋ ਕੁਰੀਤੀਆਂ ਨਾਲ ਬਹੁਤ ਘਿਰਣਾ ਸੀ, ਇੱਕ ਵਿਆਜ 'ਤੇ ਪੈਸੇ ਦੇਣ ਅਤੇ ਦੂਜੀ ਕਿਸੇ ਦੀ ਚੀਜ਼ ਗਿਰਵੀ ਰੱਖਣਾ ਡੱਡ। ਉਹ ਲੋੜਵੰਦਾਂ ਨੂੰ ਉਧਾਰ ਪੈਸੇ ਤਾਂ ਦਿੰਦੇ, ਵਿਆਜ ਕਦੇ ਨਹੀਂ ਸਨ ਲੈਂਦੇ। ਉਧਾਰ ਲੈਣ ਵਾਲੇ ਸਗੋਂ ਉਹਨਾਂ ਨੂੰ ਕਹਿੰਦੇ ਹੁੰਦੇ ਸਨ, ਲਾਲਾ ਜੀ ਹੋਰ ਸ਼ਾਹੂਕਾਰ ਵੀ ਵਿਆਜ ਲੈਂਦੇ ਆ, ਤੁਸੀਂ ਉਹਨਾਂ ਤੋਂ ਥੋੜ੍ਹਾ ਘੱਟ ਲੈ ਲਿਆ ਕਰੋ। ਉਹ ਅੱਗਿਓਂ ਕਹਿੰਦੇ, ਭਾਈ ਵੀਰੋ, ਮੈਂ ਸ਼ਾਹੂਕਾਰਾ ਨਹੀਂ ਕਰਦਾ, ਬਸ ਲੋੜਵੰਦਾਂ ਦਾ ਵਕਤ ਸਾਰ ਕੇ ਪੁੰਨ ਕਮਾਉਂਦਾ ਹਾਂ। ਡੱਡ ਇੱਕ ਵਾਰ ਸਾਡੀ ਦੁਕਾਨ 'ਤੇ ਅਕਸਰ ਆਉਣ ਵਾਲਾ ਗਾਹਕ ਮੇਲਾ ਪਿਤਾ ਜੀ ਕੋਲ ਆ ਕੇ ਕਹਿਣ ਲੱਗਾ, ਕੁੜੀ ਦੇ ਹੱਥ ਪੀਲੇ ਕਰਨੇ ਆ, 25,000 ਚਾਹੀਦੇ ਆ। ਡੱਡ ਰਕਮ ਛੇਤੀ ਮੋੜ ਦਿਆਂਗੇ, ਬਣਦਾ ਵਿਆਜ ਦੇਣ ਲਈ ਵੀ ਤਿਆਰ ਹਾਂ। ਪਿਤਾ ਜੀ ਕਹਿੰਦੇ, ਭਾਈ ਮੇਲਿਆ, ਤੂੰ ਮੇਰਾ ਬਹੁਤ ਪੁਰਾਣਾ ਗਾਹਕ ਹੈ, ਤੈਨੂੰ ਇਹ ਵੀ ਪਤਾ ਮੈਂ ਵਿਆਜ 'ਤੇ ਪੈਸੇ ਦੇਣ ਦਾ ਕੰਮ ਨਹੀਂ ਕਰਦਾ, ਰਕਮ ਜ਼ਿਆਦਾ ਹੈ। ਮੈਂ ਤਾਂ ਛੋਟਾ ਜਿਹਾ ਦੁਕਾਨਦਾਰ ਹਾਂ, ਮੈਨੂੰ ਵੀ ਪੈਸਿਆਂ ਦੀ ਲੋੜ ਰਹਿੰਦੀ ਹੈ, ਆਪਣੀ ਗਰਜ ਸਾਰ ਕੇ ਰਕਮ ਛੇਤੀ ਮੋੜ ਦੇਵੀ ਭਾਈ। ਡੱਡ ਮੇਲਾ ਇਮਾਨਦਾਰ ਕਿਸਾਨ ਸੀ, ਉਹ ਪਿਤਾ ਜੀ ਨਾਲ ਪੈਸੇ ਛੇਤੀ ਮੋੜਨ ਦਾ ਵਾਅਦਾ ਕਰਕੇ 25,000 ਰੁਪਏ ਲੈ ਗਿਆ। ਉਹਨਾਂ ਕੁੜੀ ਲਈ ਮੁੰਡਾ ਚੰਗਾ ਮਿਲ ਗਿਆ ਸੀ, ਪਰ ਵਿਆਹ 'ਤੇ ਪੈਸੇ ਜ਼ਿਆਦਾ ਲੱਗ ਗਏ। ਉਸਨੇ ਹਿਸਾਬ ਕਿਤਾਬ ਇਹ ਲਾਇਆ ਹੋਇਆ ਸੀ ਕਿ ਕਣਕ ਦੀ ਫਸਲ ਘਰ ਆਉਣ ਵਾਲੀ ਹੈ, ਉਹ ਆਪਣੇ ਟੱਬਰ ਦਾ ਢਿੱਡ ਘੁੱਟ ਕੇ ਉਧਾਰ ਵਾਲੀ ਰਕਮ ਮੋੜ ਦੇਵੇਗਾ, ਪਰ ਹਿਸਾਬ ਕਿਤਾਬ ਗਲਤ ਹੋ ਗਿਆ। ਸਟਾਪ। ਉਸ ਦੀ ਫਸਲ ਮਰ ਗਈ। ਡੱਡ ਬਚੀ ਫਸਲ ਦੇ ਜਿੰਨੇ ਕੁ ਪੈਸੇ ਵੱਟੇ, ਉਸ ਨਾਲ ਫਸਲ ਦਾ ਖਰਚਾ ਹੀ ਮਸਾ ਮੁੜਿਆ। ਡੱਡ ਉਹ ਇੱਕ ਦਿਨ ਮੇਲਾ ਪਿਤਾ ਜੀ ਕੋਲ ਆ ਗਿਆ, ਲਾਲਾ ਜੀ ਉਧਾਰ ਵਾਲੀ ਰਕਮ ਮੋੜ ਨਹੀਂ ਸਕਾਂਗਾ, ਤੁਸੀਂ ਚਾਹੋ ਤਾਂ ਆਪਣੀ ਘਰ ਵਾਲੀ ਦੀਆਂ ਟੂਬਾ ਗਿਰਵੀ ਰੱਖ ਦਿੰਦਾ ਹਾਂ, ਜਦੋਂ ਹਿੰਮਤ ਹੋਈ ਲੈ ਜਾਵਾਂਗਾ। ਪਿਤਾ ਜੀ ਬੋਲੇ, ਮੈਂ ਪੈਸੇ ਉਧਾਰ ਤੇਰੀ ਇਮਾਨਦਾਰੀ ਕਰਕੇ ਦਿੱਤੇ ਆ, ਟੂਬਾ ਤੂੰ ਆਪਣੇ ਕੋਲ ਰੱਖ, ਜਿੰਨੀ ਛੇਤੀ ਹੋਵੇ ਰਕਮ ਮੋੜ ਦੇਵੀ। ਡੱਡ ਮੇਲਾ ਵੀ ਕਿਸੇ ਦਾ ਅਹਿਸਾਨ ਰੱਖਣ ਵਾਲਾ ਨਹੀਂ ਸੀ, ਉਹ ਵਿਆਜ ਦੇ ਬਦਲੇ ਪਿਤਾ ਜੀ ਦੇ ਨਾਂ ਕਰਦਿਆਂ ਵੀ ਸਾਡੇ ਘਰ ਦੇ ਕਈ ਕੰਮ ਕਰ ਜਾਂਦਾ, ਆਪਣੇ ਖੇਤਾਂ ਵਿੱਚ ਪੈਦਾ ਹੋਣ ਵਾਲੀ ਸਬਜ਼ੀ, ਗੰਢੇ, ਛੱਲੀਆਂ ਅਤੇ ਹੋਰ ਚੀਜ਼ਾਂ ਦੇ ਜਾਂਦਾ। ਡੱਡ ਮੇਲਾ ਅਜੇ ਪਹਿਲੇ ਕਰਜ਼ੇ ਤੋਂ ਛੁੱਟਿਆ ਨਹੀਂ ਸੀ ਕਿ ਉਸ ਨੂੰ ਪਤਨੀ ਦੀ ਭਿਆਨਕ ਬਿਮਾਰੀ ਕਾਰਨ ਹੋਰ ਕਰਜ਼ਾ ਲੈਣਾ ਪੈ ਗਿਆ। ਡੱਡ ਇਸ ਵਾਰ ਉਸ ਨੇ ਸ਼ਾਹੂਕਾਰ ਤੋਂ ਵਿਆਜ 'ਤੇ ਪੈਸੇ ਉਧਾਰ ਫੜੇ। ਡੱਡ ਉਸ ਦੀ ਮਜਬੂਰੀ ਦੇਖਦਿਆਂ ਸ਼ਾਹੂਕਾਰ ਨੇ ਉਸ ਤੋਂ ਵਿਆਜ ਵੀ ਜ਼ਿਆਦਾ ਲਿਆ। ਮੇਲੇ ਨੂੰ ਬੇਵਸੀ ਵਿੱਚ ਇਹ ਅੱਕ ਵੀ ਚੱਬਣਾ ਪਿਆ, ਪਤਨੀ ਦਾ ਇਲਾਜ ਲੰਬਾ ਚੱਲਿਆ, ਪੈਸਾ ਜ਼ਿਆਦਾ ਖਰਚ ਹੋ ਗਿਆ, ਦੂਜੀ ਫਸਲ ਬਿਮਾਰੀ ਦੇ ਲੇਖੇ ਲੱਗ ਗਈ। ਡੱਡ ਮੇਲਾ ਕਈ ਮਹੀਨੇ ਦੁਕਾਨ 'ਤੇ ਨਾ ਆਇਆ, ਪਿਤਾ ਜੀ ਨੂੰ ਫਿਕਰ ਹੋਇਆ ਅਤੇ ਉਹਦੇ ਘਰ ਪਹੁੰਚੇ।